ਬੇਹੱਦ ਹੀ ਦੁਖਦ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਨੰਗਲ ਦੇ ਗੁਰਦੁਆਰਾ ਘਾਟ ਸਾਹਿਬ ਦੇ ਨੇੜੇ ਗਰਮੀ ਤੋਂ ਰਾਹਤ ਪਾਉਣ ਦੇ ਲਈ ਕੁਝ ਦੋਸਤ ਜੋ ਕਿ ਸਤਲੁਜ ਦਰਿਆ ਤੇ ਨਹਾਉਣ ਪਹੁੰਚਦੇ ਨੇ, ਤਾਂ ਇਸ ਦੌਰਾਨ ਦੋ ਨੌਜਵਾਨ ਜਿਨ੍ਹਾਂ ਦੇ ਸਤਲੁਜ ਦੇ ਵਿੱਚ ਡੁੱਬਣ ਦੀ ਖਬਰ ਸਾਹਮਣੇ ਆਈ ਹੈ, ਜਿਨ੍ਹਾਂ ਦੀ ਭਾਲ ਦੇ ਵਿੱਚ ਗੋਤਾਖੋਰਾਂ ਦੀ ਟੀਮ ਜੁਟੀ ਹੋਈ ਹੈ। ਦੱਸਦੀ ਕਿ ਡੁੱਬਣ ਵਾਲਿਆਂ ਦੇ ਵਿੱਚੋਂ ਇੱਕ ਨੌਜਵਾਨ ਨੰਗਲ ਦੇ ਸਰਪੰਚ ਦਾ ਪੁੱਤਰ ਤੇ ਦੂਜਾ ਵਾਰਡ ਨੰਬਰ 2 ਦਾ ਰਹਿਣ ਵਾਲਾ ਨੇਪਾਲੀ ਮੂਲ ਦਾ ਨੌਜਵਾਨ ਦੱਸਿਆ ਜਾ ਰਿਹਾ ਤੇ ਇਸੇ ਮਾਮਲੇ ਦੇ ਵਿੱਚ ਹੁਣ ਲਗਾਤਾਰ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਸਿੱਖਿਆ ਮੰਤਰੀ ਐਡਵੋਕੇਟ ਹਰਜੋਤ ਸਿੰਘ ਬੈਂਸ ਤੇ ਇਸ ਦੇ ਨਾਲ ਹੀ ਸਬ ਇੰਸਪੈਕਟਰ ਹਰਦੀਪ ਸਿੰਘ ਤੇ DSP ਮਨਜੀਤ ਸਿੰਘ ਮੌਕੇ ਤੇ ਪਹੁੰਚੇ ਨੇ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਪੰਜਾਬ ਦੇ ਸਿੱਖਿਆ ਮੰਤਰੀ DSP ਤੇ ਇਸ ਦੇ ਨਾਲ ਹੀ ਜਿਹੜੇ ਮੌਕੇ ਤੇ ਅਧਿਕਾਰੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਇੱਥੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਨੌਜਵਾਨਾਂ ਦੀ ਭਾਲ ਕਰ ਲਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਅਪੀਲ ਵੀ ਕੀਤੀ ਗਈ ਹੈ ਕਿ ਇਸ ਮੌਸਮ ਦੇ ਵਿੱਚ ਕਈ ਨੌਜਵਾਨ ਤੇ ਬੱਚੇ ਜਿਹੜੇ ਨੇ ਦਰਿਆਵਾਂ ਤੇ ਨਹਿਰਾਂ ਦੇ ਵਿੱਚ ਨਹਾਉਣ ਜਾਂਦੇ ਨੇ ਤੇ ਇਹਨਾਂ ਨੂੰ ਨਹਾਉਣ ਨਾ ਜਾਣ ਦਿੱਤਾ ਜਾਵੇ, ਇਸ ਦੀ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਹੈ। ਬੱਚੇ ਸੁਰੱਖਿਅਤ ਹੋਣ, ਜਿਵੇਂ ਜਾਣਕਾਰੀ ਮਿਲੀ ਇੱਥੇ ਪਹੁੰਚੇ ਹਾਂ, ਪਰ ਮੇਰੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਆਸ ਪਾਸ ਦੇ ਪਿੰਡਾਂ ਨੂੰ ਵੀ ਬੇਨਤੀ ਹੈ ਕਿ ਦੇਖੋ ਬੱਚੇ ਪਰਮਾਤਮਾ ਦੀ ਦਾਤ ਹੁੰਦੀ ਹੈ, ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ। ਇਹਨਾਂ ਦਿਨਾਂ ਦੇ ਵਿੱਚ ਹਰ ਵਾਰੀ ਹਰ ਸਾਲ ਦੀ ਇਹ ਘਟਨਾ ਹੈ ਕਿ ਬੱਚੇ ਗਰਮੀ 'ਚ ਨਹਾਉਣ ਜਾਂਦੇ ਅਤੇ ਹਰ ਸਾਲ ਬਾਅਦ 'ਚੋਂ ਆਪਾਂ ਕਿਸੇ ਨੂੰ ਦੋਸ਼ ਦਿੰਦੇ ਹਾਂ, ਪਰ ਇਹਨੂੰ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ। ਹੁਣ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੋ ਯੁਵਾਵਾਂ ਦੇ ਬੱਚੇ ਦੀ ਖਬਰ ਹੈ ਅਤੇ ਆਸ ਕਰਦੇ ਹਾਂ ਜੋ ਠੀਕ ਹੋਣ। ਜਿੱਦਾਂ ਪਹੁੰਚੇ ਸਾਰੇ ਡਰਾਈਵਰ, ਸਾਰੇ ਮੌਕੇ 'ਤੇ ਪ੍ਰਸ਼ਾਸਨ ਹੈ, ਪਰ ਸਭ ਨੂੰ ਬੇਨਤੀ ਹੈ ਕਿ ਇਸ ਦੇ ਉੱਤੇ ਮੀਡੀਆ ਦਾ ਵੀ ਸਹਿਯੋਗ ਹੈ ਕਿ ਇਹ ਕਿਤੇ ਵੀ ਆਪਾਂ ਕਿਤੇ ਵੀ ਨਹਿਰ ਦੇ ਉੱਤੇ ਦਰਿਆ ਦੇ ਵਿੱਚ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਨਹਾਉਣ ਲਈ ਨਾ ਭੇਜੀਏ, ਬੇਨਤੀ ਹੈ। ਇਹ ਦੋ ਮੁੰਡੇ ਇੱਥੇ ਨਹਾ ਰਹੇ ਸੀ ਅਤੇ ਇੱਕ ਮੁੰਡਾ ਡੁੱਬਣ ਲੱਗਿਆ ਅਤੇ ਦੂਜਾ ਬਚਾਉਣ ਦੇ ਚੱਕਰ 'ਚ ਉਹ ਵੀ ਨਾਲੇ ਡੁੱਬ ਗਏ ਸੀ। ਉਦੋਂ ਸਰ ਇਹ ਲੋਕਲ ਹੀ ਨੰਗਲ ਦੇ ਵਸਨੀਕ ਸੀ, ਇਹ ਲੋਕਲ ਨੰਗਲ ਦੇ ਸੀ ਅਤੇ ਸਰ ਹੁਣ ਕੀ ਡਰਾਈਵਰ ਵਗੈਰਾ ਲਗਾਏ ਗਏ? ਹਾਂ ਹਾਂ, ਡਰਾਈਵਰਾਂ ਨੂੰ ਫੋਨ ਕਰਤਾ ਆਉਣ ਲੱਗੇ ਨੇ, ਹੁਣ ਉਹਨਾਂ ਦੀਆਂ ਡੈੱਡ ਬੋਡੀਆਂ ਕੱਢਾਂਗੇ। ਸਰ ਕੀ ਅਪੀਲ ਕਰੋਗੇ? ਕਾਫੀ ਦੁਖਦ ਘਟਨਾ ਹੋ ਚੁੱਕੀ ਹੈ, ਜਿਹਨਾਂ ਦੇ ਪਰਿਵਾਰ ਦੇ ਦੋ ਚਿਰਾਗ ਚਲੇ ਗਏ, ਲੋਕਾਂ ਨੂੰ ਕੀ ਅਪੀਲ ਕਰੋ? ਕਿਉਂਕਿ ਅਕਸਰ ਦੇਖਿਆ ਗਿਆ ਜਿਹਨਾਂ ਬੱਚੇ ਨੂੰ ਨਹੀਂ ਵੀ ਤੈਰਨਾ ਤਾਂ ਉਹ ਵੀ ਦਰਿਆਵਾਂ 'ਚ ਜਾਂ ਨਹਿਰਾਂ 'ਚ ਤੁਰ ਪਹੁੰਚ ਜਾਂਦੇ ਆ, ਕੀ ਅਪੀਲ ਕਰੋਗੇ ਇੱਦਾਂ ਦੇ? ਮੇਰੀ ਸਾਰੇ ਜਿੰਨੇ ਵੀ ਨੰਗਲ ਦੇ ਵਾਸੀ ਨੇ, ਬੱਚਿਆਂ ਦੇ ਮਾਪਿਆਂ ਨੂੰ, ਜਿਹੜੇ ਬੱਚੇ 16-17 ਸਾਲ ਦੇ ਨੇ, ਹੁਣ ਛੁੱਟੀਆਂ ਹੋ ਜਾਣੀਆਂ ਨੇ, ਹੁਣ ਹੋਰ ਵੀ ਉਹਨਾਂ ਦਾ ਖਿਆਲ ਰੱਖੋ, ਉਹਨਾਂ ਨੂੰ ਆਪਣੇ ਘਰ ਰੱਖੋ, ਦੁਪਹਿਰ ਨੂੰ ਨਾ ਬਾਹਰ ਘੁੰਮਣ ਦਿਓ, ਕੋਸ਼ਿਸ਼ ਕਰੋ ਕਿ ਉਹ ਘਰ ਹੀ ਰਹਿਣ, ਜਾਂ ਫਿਰ ਜੇ ਉਹਨਾਂ ਨੇ ਨਹਾਉਣਾ ਵੀ ਹੈ ਕਿਤੇ ਸਵੀਮਿੰਗ ਪੂਲ ਵਗੈਰਾ 'ਚ, ਆਪਣਾ ਐਡਮਿਸ਼ਨ ਕਰਾ ਦਿਓ ਉਹਨਾਂ ਦਾ, ਉੱਥੇ ਨਹਾਉਣ। ਪਰ ਐਂ ਬਹੁਤ ਹਾਦਸੇ ਹੋ ਜਾਣਗੇ, ਜੇ ਹਜੇ ਤਾਂ ਬੱਚਿਆਂ 'ਚ ਛੁੱਟੀਆਂ ਨਹੀਂ ਹੋਈਆਂ, ਜਦੋਂ ਛੁੱਟੀਆਂ ਹੋ ਗਈਆਂ ਤਾਂ ਫਿਰ ਹੋਰ ਜ਼ਿਆਦਾ ਹਾਦਸੇ ਹੋ ਜਾਣਗੇ। ਬਿਲਕੁਲ ਜੀ, ਥਾਣਾ ਪਰਿਵਾਰ